ਓਸ਼ੋ ਦੇ ਲੈਕਚਰ ਪ੍ਰੇਮ ਇੱਕ ਵੱਡੀ ਅੰਦਰੂਨੀ ਪਛਾਣ ਪ੍ਰੇਮ ਇੱਕ ਵੱਡੀ ਅੰਦਰੂਨੀ ਪਛਾਣ ਹੈ ਬਿਨਾ ਜਾਣੇ ਬਿਨਾ ਪੁਰਾਣੀ ਵਕੀਫੀਅਤ ਦੇ ਤੇ ਹਿਰਦਾ ਪਛਾਣ ਲੈਂਦਾ ਹੈ ਰਹੱਸਪੂਰਨ ਹੈ ਗੱਲ ਅਤਰਕ ਅਤਰਕ ਹੈ ਹਿਸਾਬ ਤੇ ਤਰਕ ਨਾਲ ਸਮਝਾਈ ਨਹੀਂ ਜਾ ਸਕਦੀ ਲੇਕਿਨ ਬਹੁਤ ਵਾਰ ਤੁਹਾਨੂੰ ਕਦੀ ਕਦੀ ਜੀਵਨ ਚ ਇਹਦਾ ਅਨੁਭਵ ਹੋਇਆ ਹੋਵੇਗਾ ਕਦੇ ਕਿਸੇ ਵਿਅਕਤੀ ਦੇ ਕੋਲ ਆਏ ਤੇ ਸੱਜ ਭਰੋਸਾ ਆ ਗਿਆ ਅਜੇ ਦਾ ਕੋਈ ਕੰਮ ਨਹੀਂ ਵੇਖਿਆ ਨਾ ਇਹਦੇ ਵਿਹਾਰ ਨਾਲ ਕੋਈ ਪਛਾਣ ਹੋਈ ਹੈ ਪਰ ਬਸ ਹਿਰਦੇ ਨੂੰ ਪਛਾਣ ਲਿਆ ਹੈ ਹਿਰਦੇ ਨੇ ਕਿਹਾ ਕਿ ਭਰੋਸਾ ਕਰੋ ਹੁਣੇ ਜੇਕਰ ਤੁਹਾਨੂੰ ਲੁੱਟ ਵੀ ਲਵੇ ਤਾਂ ਵੀ ਤੁਸੀਂ ਕਹੋਗੇ ਲੁੱਟਣ 'ਚ ਮੇਰੀ ਮੇਰਾ ਕੋਈ ਹਿੱਤ ਨਹੀਂ ਰਿਹਾ ਹੋਏਗਾ ਕਿਉਂਕਿ ਉਹ ਆਦਮੀ ਤਾਂ ਲੁੱਟ ਨਹੀਂ ਸਕਦਾ ਸੀ ਪਿਆਰੀ ਤੂੰ ਆਪਣੇ ਮਨ 'ਚ ਮੇਰੇ ਨਾਲ ਰੁੱਸ ਗਿਆ ਇਸ ਲਈ ਮੇਰਾ ਹੀ ਕਸੂਰ ਹੈ ਤੇਰਾ ਨਹੀਂ ਉਹ ਤਾਂ ਲੁੱਟ ਹੀ ਨਹੀਂ ਸਕਦਾ ਸੀ ਉਹ ਤਾਂ ਆਦਮੀ ਭਰੋਸੇ ਦਾ ਸੀ ਸ਼ਰਦਾ ਪੂਰੀ ਸੀ ਲੁੱਟ ਵੀ ਗਏ ਤਦ ਵੀ ਤੁਸੀਂ ਪਾਉਗੇ ਕਿ ਲੁੱਟ ਜਾਣ ਚ ਵੀ ਤੁਹਾਡਾ ਹਿੱਤ ਹੈ ਸੁਭਾਗਿਆ ਹੈ ਗੁਰੂ ਦਾ ਮਿਲਣਾ ਇਸ ਤਰ੍ਹਾਂ ਹੀ ਹੁੰਦਾ ਹੈ ਇਸ ਲਈ ਗੁਰੂ ਦੇ ਮਿਲਣ ਦੀ ਬਹੁਤ ਝੰਜਟ ਹੈ ਤੁਸੀਂ ਕਿਸੇ ਨੂੰ ਵੀ ਸਮਝਾ ਨਹੀਂ ਸਕੋਗੇ ਕਿ ਤੁਸੀਂ ਇਸ ਆਦਮੀ ਨੂੰ ਕਿਵੇਂ ਚੁਣ ਲਿਆ ਇਹਦਾ ਵਿਹਾਰ ਵੇਖਿਆ ਚਰਿੱਤਰ ਦਾ ਅੰਕਲਨ ਕੀਤਾ ਇਹਦਾ ਤੀਤ ਇਤਿਹਾਸ ਵੇਖਿਆ ਇਹਦੇ ਪੂ ਦੇਖਦੀਆਂ ਸਾਰੀਆਂ ਉਮੀਦਾਂ ਲੱਭੀਆਂ ਤੁਸੀਂ ਕਿਵੇਂ ਇਹਨੂੰ ਚੁੰਡਿਆ ਕਿਹੜੀ ਕਸੌਟੀ ਤੇ ਕੱਸਿਆ ਕਿਹੜੀ ਤੱਕੜੀ ਵਿੱਚ ਤੋਲਿਆ ਤੁਸੀਂ ਕਹੋਗੇ ਕਸੌਟੀ ਤੇ ਤੱਕੜੀ ਦਾ ਇੱਥੇ ਸਵਾਲ ਹੀ ਨਹੀਂ ਹੈ ਜਿੱਥੇ ਹਿਰਦੇ ਦੀ ਕਸੌਟੀ ਲੱਗ ਗਈ ਫਿਰ ਕਿਸੇ ਕਸੌਟੀ ਦੀ ਗੱਲ ਹੀ ਨਹੀਂ ਉੱਠਦੀ ਫਿਰ ਹੋਰ ਕੋਈ ਤੱਕੜੀ ਨਹੀਂ ਚਾਹੀਦੀ ਉਸ ਲਈ ਜੋ ਦਿਲ ਦੀ ਤੱਕੜੀ ਤੇ ਤਲ ਗਿਆ ਤੁਸੀਂ ਅੰਨੇ ਹੋ ਜਾਂਦੇ ਹੋ ਸਾਰੇ ਪ੍ਰੇਮ ਅੰਨੇ ਹਨ ਕਿਉਂਕਿ ਹਿਰਦੇ ਦੇ ਵੇਖਣ ਦੇ ਢੰਗ ਹੋਰ ਹਨ ਹਿਰਦੇ ਦੀ ਅੱਖ ਹੋਰ ਹੈ ਬੁੱਧੀ ਨਾਲ ਇਹਦਾ ਕੁਝ ਲੈਣਾ ਦੇਣਾ ਨਹੀਂ ਹੈ ਇਸ ਲਈ ਨਾ ਤਾਂ ਤੁਸੀਂ ਕਦੇ ਦੁਨੀਆ ਨੂੰ ਸਮਝਾ ਸਕੋਗੇ ਕਿ ਤੁਸੀਂ ਉਸ ਇਸਤਰੀ ਨੂੰ ਪ੍ਰੇਮ ਕਿਉਂ ਕੀਤਾ ਇਸ ਪੁਰਸ਼ ਨੂੰ ਤੁਸੀਂ ਕਿਉਂ ਚਾਇਆ ਨਾ ਤੁਸੀਂ ਦੁਨੀਆ ਨੂੰ ਕਦੇ ਸਮਝਾ ਸਕੋਗੇ ਕਿ ਇਹ ਗੀਤ ਤੁਹਾਨੂੰ ਕਿਉਂ ਪ੍ਰੀਤੀ ਕਰਨ ਲੱਗਦਾ ਨਾ ਤੁਸੀਂ ਦੁਨੀਆ ਨੂੰ ਇਹ ਸਮਝਾਉ ਪਾਉਗੇ ਕਿ ਗੁਲਾਬ ਜਾਏ ਕਮਲ ਜਾਏ ਫੁੱਲ ਤੁਹਾਨੂੰ ਕਿਉਂ ਪਿਆਰਾ ਹੈ ਤੁਸੀਂ ਕਹੋਗੇ ਬਸ ਪਸੰਦ ਆਉਂਦਾ ਹੈ ਨਾ ਤੁਸੀਂ ਦੁਨੀਆ ਨੂੰ ਕਦੇ ਸਮਝਾ ਸਕੋਗੇ ਕਿ ਤੁਸੀਂ ਬੁੱਧ ਨੂੰ ਕਿਉਂ ਚੁਣ ਲਿਆ ਮਹਾਵੀਰ ਨੂੰ ਕਿਉਂ ਚੁਣ ਲਿਆ 크੍ਰਿਸਚਨ ਨੂੰ ਕਿਉਂ ਚੁਣ ਲਿਆ ਤੁਸੀਂ ਕਹੋਗੇ ਇਹ ਵੀ ਗੱਲ ਕੋਈ ਸਮਝਾਉਣ ਦੀ ਹੈ ਇਹ ਅੰਦਰੂਨੀ ਹੈ ਨਿੱਜੀ ਹੈ ਇਹਨੂੰ ਬਾਜ਼ਾਰ 'ਚ ਖੋਲਣ ਦਾ ਸਵਾਲ ਨਹੀਂ ਹੈ ਦੁਨੀਆ ਚਾਹੇ ਉਲਟ ਕੁਝ ਵੀ ਕਹੇ ਤੁਹਾਡਾ ਹਿਰਦਾ ਕਹਿੰਦਾ ਹੀ ਚਲਾ ਜਾਏਗਾ ਕਿ ਇਹੀ ਹੈ ਉਹ ਜਿਹਦੀ ਤੁਹਾਨੂੰ ਤਲਾਸ਼ ਸੀ ਇਹ ਚਰਚਾ ਉਹਦੇ ਨਾਲ ਚੱਲ ਰਹੀ ਹੈ ਜਿਹਦੇ ਨਾਲ ਜੀ ਮਿਲਣ ਨਹੀਂ ਹੋਇਆ ਇਹ ਚਰਚਾ ਉਸ ਨਾਲ ਚੱਲ ਰਹੀ ਹੈ ਜਿਸ ਨਾਲ ਮਿਲਣ ਹੋਣ ਨੂੰ ਹੈ ਇਹ ਚਰਚਾ ਉਸ ਤੋਂ ਉਹ ਸੁਰ ਨਾਲ ਚੱਲ ਰਹੀ ਹੈ ਜਿਹਦਾ ਪਤਾ ਵੀ ਹੈ ਤੇ ਪਤਾ ਨਹੀਂ ਵੀ ਹੈ ਕਹਿ ਸਕਦੇ ਹਾਂ ਇੱਕ ਅਰਥ ਵਿੱਚ ਕਿ ਪਛਾਣਦੇ ਹਾਂ ਕਿਉਂਕਿ ਜਦ ਆਏਗਾ ਸਾਹਮਣੇ ਤਾਂ ਪਛਾਣ ਲਵਾਂਗੇ ਕਹਿ ਸਕਦੇ ਹਾਂ ਦੂਜੇ ਅਰਥ ਵਿੱਚ ਕਿ ਬਿਲਕੁਲ ਨਹੀਂ ਪਛਾਣਦੇ ਕਿਉਂਕਿ ਅਜੇ ਤੱਕ ਕਿਤੇ ਕੋਈ ਮਿਲਣ ਨਹੀਂ ਹੋਇਆ ਪਛਾਣਾਂਗੇ ਕਿਵੇਂ ਖੂਕ ਇਹ ਬਹੁਤ ਦੁਖਦਈ ਹੈ ਉਹ ਵਿਚਾਰੀ ਉਸ ਦੀ ਕੱਲੀ ਜਾ ਪਈ ਐ ਨਾ ਉਹਦੀ ਉੱਥੇ ਕੋਈ ਸਹੇਲੀ ਐ ਨਾ ਬੇਲੀ ਫਰੀਦ ਕਹ ਰਹੇ ਹਨ ਜ਼ਰਾ ਖਿਆਲ ਤਾਂ ਕਰੋ ਖੂਹ ਚ ਪਈਆਂ ਸੰਸਾਰ ਚ ਪਈਆਂ ਬਹੁਤ ਡੂੰਗਾ ਖੂਹ ਐ ਬਿਲਕੁਲ ਕੱਲੀਆਂ ਸੰਗੀਤ ਸਾਥੀ ਵੀ ਨਹੀਂ ਐ ਤੂੰ ਵੀ ਛੱਡ ਬੈਠਾ ਐ ਤੇ ਤੂੰ ਵੀ ਰੁੱਸ ਗਿਆ ਐ ਇਹ ਖੂਹ ਚ ਬਹੁਤ ਹਨੇਰਾ ਐ ਇਸ ਤੋਂ ਨਿਕਲਣ ਦਾ ਕੋਈ ਉਪਾਅ ਵੀ ਨਹੀਂ ਸੁਝਦਾ ਤੇ ਇਸ ਚ ਹੋਣਾ ਬਿਲਕੁਲ ਹੀ ਕੱਲ ਐ ਜਦ ਤੱਕ ਪ੍ਰਮਾਤਮਾ ਨਹੀਂ ਮਿਲਦਾ ਤੁਸੀਂ ਇਕੱਲੇ ਹੀ ਰਹੋਗੇ ਤਦ ਤੱਕ ਤੁਸੀਂ ਲੱਖ ਧੋਖੇ ਦੇ ਲਓ ਆਪਣੇ ਆਪ ਨੂੰ ਕਦੇ ਪਤਨੀ ਕਦੇ ਮਿੱਤਰ ਕਦੇ ਇਸ ਵਿੱਚ ਕਿ ਆਪਣੇ ਸੰਗੀ ਸਾਥੀ ਹਨ ਇਕੱਲੇ ਨਹੀਂ ਹਨ ਲੇਕਿਨ ਧੋਖਾ ਹੀ ਹੈ ਜ਼ਰਰ ਕੋ ਗੌਰ ਕਰੋਗੇ ਪਾਓਗੇ ਬਿਲਕੁਲ ਇਕੱਲੇ ਹੋ ਤੁਸੀਂ ਆਪਣੇ ਖੂਹ ਵਿੱਚ ਪਏ ਹੋ ਤੁਹਾਡੀ ਪਤਨੀ ਆਪਣੇ ਖੂਹ ਚ ਪਈ ਹੈ ਦੋਹਾਂ ਦੇ ਖੂਹ ਵੱਖ-ਵੱਖ ਹਨ ਕੋਲ ਹੋਣਗੇ ਨੇੜੇ ਹੋਣਗੇ ਗਵਾਂਢ ਵਿੱਚ ਹੀ ਹੋਣਗੇ ਲੇਕਿਨ ਦੋਹਾਂ ਦੇ ਖੂਹ ਆਪਣੇ ਆਪਣੇ ਹਨ ਤੁਸੀਂ ਆਪਣੇ ਅੰਦਰ ਪਏ ਹੋ ਆਪਣੀ ਗਹਿਰਾਈ ਆਪਣੇ ਇਕਾਂਤ ਵਿੱਚ ਪਤਨੀ ਆਪਣੀ ਡੁੰਗਾਈ ਤੇ ਇਕਾਂਤ ਚ ਪਈ ਹੈ ਇੱਕ ਦੂਜੇ ਦਾ ਸਾਥ ਦੇ ਦਿੰਦੇ ਹੋ ਕਿਉਂਕਿ ਜ਼ਰੂਰਤ ਹੈ ਨਹੀਂ ਤਾਂ ਇਕੱਲਾਪਨ ਬਹੁਤ ਭਾਰੀ ਹੋ ਜਾਏਗਾ ਚੱਲਣਾ ਨਾ ਮੁਮਕਨ ਹੋ ਜਾਏਗਾ ਇੱਕ ਦੂਜੇ ਦਾ ਹੱਥ ਫੜ ਲੈਂਦੇ ਹੋ ਤੁਸੀਂ ਵੇਖਿਆ ਆਦਮੀ ਇਹਨੇ ਰਟ ਟੁਰਦਾ ਤਾਂ ਸੀਟੀ ਵਜਾਉਣ ਲੱਗ ਪੈਂਦਾ ਗੀਤ ਗਾਉਣ ਲੱਗਦਾ ਆਪਣੀ ਆਵਾਜ਼ ਸੁਣ ਕੇ ਹਿੰਮਤ ਵਧਦੀ ਹੈ ਜਿਵੇਂ ਕੋਈ ਹੋਰ ਵੀ ਹੈ ਬਸ ਸੀਟੀ ਵਜਾ ਰਹੇ ਆ ਅਸੀਂ ਸਾਡਾ ਸਾਰਾ ਸੰਗ ਸਾਥ ਸੀਟੀ ਵਜਾਉਣ ਵਰਗਾ ਹੈ ਅਸੀਂ ਦੂਜੇ ਨੂੰ ਹਿੰਮਤ ਦੇ ਰਹੇ ਹਾਂ ਦੂਜਾ ਸਾਨੂੰ ਹਿੰਮਤ ਦੇ ਦਿੰਦਾ ਨਾ ਤਾਂ ਸਾਡਾ ਇਕੱਲਾਪਨ ਮਿੱਟਦਾ ਨਾ ਉਸ ਦਾ ਇਕੱਲਾਪਨ ਮਿੱਟਦਾ ਵਿਦਣ ਖੂਹੀ ਮੁੰਦਕੇ ਲਈ ਵਿਚਾਰੀ ਕੱਲੀ ਪਈ ਐ ਤੇ ਤੂੰ ਵੀ ਰੁਸ ਗਈ ਨਾ ਕੋ ਸਾਥੀ ਨਾ ਕੋ ਬੇਲੀ ਨਾ ਕੋਈ ਸੰਗੀ ਹੈ ਨਾ ਕੋਈ ਸਾਥੀ ਹੈ ਇੱਕਦਮ ਹੀ ਇਕੱਲਾਪਨ ਹੈ ਮੇਰੀ ਬਹੁਤ ਵਿਕਟ ਮਤਲਬ ਭੈੰਕਰ ਔਖੀ ਇਹ ਰਾਹ ਹੈ ਦੂਰੀ ਤਲਵਾਰ ਤੋਂ ਵੀ ਤੇਜ ਤੇ ਪੈਣੀ ਭੀੜੀ ਤੰਗ ਬੜੀ ਵਿਕਟਰਾ ਹੈ ਬਹੁਤ ਵਿਕਟ ਬਾਤ ਦੋ ਧਾਰੀ ਤਲਵਾਰ ਨਾਲੋਂ ਵੀ ਤੇਜ ਤੇ ਪੈਣੀ ਉਸ ਉੱਤੇ ਮੈਨੂੰ ਹੀ ਟੁਰਨਾ ਹੈ ਉਸ ਉੱਤੇ ਮੈਂ ਹੀ ਟੁਰਨਾ ਹੈ ਕੋਈ ਵੀ ਸਾਥੀ ਨਹੀਂ ਸ਼ੇਖ ਫਰੀਦ ਤਿਆਰ ਹੋ ਜਾ ਉਸ ਰਾਹ ਤੇ ਤੁਰਨ ਲਈ ਅਜੇ ਵੇਲਾ ਹੈ ਖੰਨੇਓ ਤਿੱਖੀ ਬਹੁਤ ਪੈਣੀ ਉਸ ਉੱਪਰ ਹੈ ਮਾਰਗ ਮੇਰਾ ਦੋ ਧਾਰੀ ਤਲਵਾਰ ਦੇ ਵਾਂਗ ਹੈ ਰਾਹ ਉਦੇ ਉੱਪਰ ਤੁਰਨਾ ਉਹਦੇ ਉੱਪਰ ਹੈ ਮੇਰਾ ਮਾਰਗ ਇਧਰ ਡਿੱਗੋ ਖੂ ਉਧਰ ਡਿੱਗੋ ਖਾਈ ਮੱਧ ਵਿਚ ਸੰਭਲ ਲੈ ਇਹਨੂੰ ਥੋੜਾ ਸਮਝੋ ਜੇ ਇਕੱਲੇ ਰਹਿ ਜਾਓ ਸੰਗੀ ਸਾਥੀ ਨਾ ਬਣਾਓ ਤਾਂ ਮੁਸੀਬਤ ਖੂ ਇਕਾਂਤ ਮਲੂਮ ਹੁੰਦਾ ਹੈ ਡੁੱਬੇ ਕੋਈ ਸਹਾਰਾ ਵੀ ਨਹੀਂ ਕੋਈ ਸੁਰ ਵੀ ਨਹੀਂ ਕਿ ਕੋਈ ਆਵਾਜ਼ ਦੇ ਦੇਵੇ ਪੁਕਾਰ ਦੇ ਦੇਵੇ ਭਰੋਸਾ ਦੇ ਦੇਵੇ ਕਿ ਕੋਈ ਹੋਰ ਵੀ ਹੈ ਇੱਕਦਮ ਸਨੱਟ ਜੇ ਸੰਗੀ ਸਾਥੀ ਨਾ ਬਣਾਓ ਤਾਂ ਖੂ ਜੇਕਰ ਸੰਗੀ ਸਾਥੀ ਬਣਾਓ ਤਾਂ ਭੀੜ ਭੜਕਾ ਹੋ ਜਾਂਦਾ ਹੈ ਲੇਕਿਨ ਅੰਦਰ ਲਈ ਇਕੱਲਾਪਨ ਤਾਂ ਮਿਟਦਾ ਹੀ ਨਹੀਂ ਤਾਂ ਖਾਈ ਦੋਹਾਂ ਦੇ ਮੱਧ ਵਿੱਚ ਖਲੋਣਾ ਹੈ ਇਕੱਲੇ ਵੀ ਰਹਿਣਾ ਹੈ ਇਕੱਲੇ ਨਹੀਂ ਵੀ ਰਹਿਣਾ ਇਹਦਾ ਮਤਲਬ ਹੈ ਇੰਨਾ ਇਕਾਂਤ ਸਾਧ ਲੈਣਾ ਹੈ ਅੰਦਰ ਕਿ ਭੀੜ ਵਿੱਚ ਤਾਂ ਕੋਈ ਝੂਠਾ ਲਗਾਓ ਨਾ ਰਹਿ ਜਾਏ ਲੇਕਿਨ ਆਪਣੇ ਇਕਾਂਤ ਵਿੱਚ ਬਿਲਕੁਲ ਡੁੱਬ ਕੇ ਮਰ ਵੀ ਨਹੀਂ ਜਾਣਾ ਕਿਉਂਕਿ ਉਹ ਤਾਂ ਆਤਮ ਹੱਤਿਆ ਹੋਏਗੀ ਉਸ ਇਕਾਂਤ ਨੂੰ ਹੀ ਪ੍ਰਾਰਥਨਾ ਬਣਾਉਣਾ ਹੈ ਪਰਮਾਤਮਾ ਨਾਲ ਜੋੜਨਾ ਹੈ ਇਕੱਲੇ ਹੋਣਾ ਹੈ ਤਾਂ ਕਿ ਪਰਮਾਤਮਾ ਦੇ ਨਾਲ ਹੋ ਸਕੇ ਭੀੜ ਵਿੱਚ ਨਹੀਂ ਹੋਣਾ ਕਿਤੇ ਪਰਮਾਤਮਾ ਦਾ ਨਾਮ ਨਾ ਛੁੱਟ ਜਾਏ ਇਸ ਲਈ ਮੇਰੀ ਬਹੁਤ ਵਿਕਟਵਾਟ ਹੈ ਦੋ ਧਾਰੀ ਤਲਵਾਰ ਨਾਲੋਂ ਵੀ ਤੇਜ਼ ਤੇ ਪੈਣੀ ਉਸਤੇ ਹੀ ਮੈਨੂੰ ਟਰਣਾ ਹੈ ਸ਼ੇਖ ਫਰੀਦ ਤਿਆਰ ਹੋ ਜਾ ਉਸ ਰਾਤ ਤੇ ਟਰਣ ਲਈ ਅਜੇ ਵੇਲਾ ਹੈ ਉਸ ਉੱਪਰ ਹੈ ਮਾਰਗ ਮੇਰਾ ਸ਼ੇਖ ਫਰੀਦਾ ਪੰਥ ਸਮਾਰ ਸਵੇਰਾ ਬਹੁਤ ਪਿਆਰਾ ਬਚਨ ਹੈ ਇਹਦਾ ਜੋ ਅਨੁਵਾਦ ਹੈ ਉਹ ਬਿਲਕੁਲ ਠੀਕ ਠੀਕ ਸੱਟ ਨਹੀਂ ਮਾਰਦਾ ਅਨੁਵਾਦ ਹੈ ਉਸ ਮਾਰਗ ਉੱਤੇ ਤੁਰਨ ਨੂੰ ਤਿਆਰ ਹੋ ਜਾ ਫਰੀਦ ਅਜੇ ਵੇਲਾ ਹੈ ਕੱਲ ਤਾਂ ਹੋ ਜਾਂਦੀ ਹੈ ਲੇਕਿਨ ਸੱਟ ਨਹੀਂ ਵੱਜਦੀ ਫਰੀਦ ਦਾ ਮਤਲਬ ਕੁਝ ਹੋਰ ਗਹਿਰਾ ਹੈ ਸ਼ੇਖ ਫਰੀਦ ਪੰਥ ਸਮਾਰ ਸਵੇਰਾ ਸ਼ੇਖ ਫਰੀਦ ਜਿਸ ਨੇ ਪੰਥ ਨੂੰ ਸੰਭਾਲ ਲਿਆ ਉਸੇ ਦਿਨ ਸਵੇਰਾ ਮੰਨਿਆ ਕਿ ਬਹੁਤ ਵੇਲਾ ਲੰਘ ਚੁੱਕਿਆ ਹੈ ਮੰਨਿਆ ਮੈਂ ਆਪਣੀ ਜਵਾਨੀ ਗਵਾ ਦਿੱਤੀ ਪਿਛੋਂ ਪਛਤਾਈ ਬਹੁਤ ਲੇਕਿਨ ਜਿਸ ਦਿਨ ਵੀ ਤੁਸੀਂ ਜਾਗ ਗਏ ਉਸੇ ਦਿਨ ਸਵੇਰਾ ਹੈ ਕਿੰਨਾ ਹੀ ਗਵਾਇਆ ਹੋਵੇ ਤਾਂ ਵੀ ਪ੍ਰਮਾਤਮਾ ਕੁਝ ਅਜਿਹਾ ਹੈ ਕਿ ਤੁਸੀਂ ਗਵਾ ਨਹੀਂ ਸਕਦੇ ਕਿੰਨੀ ਦੇਰ ਲਾਈ ਹੋਵੇ ਤਾਂ ਵੀ ਪ੍ਰਮਾਤਮਾ ਕੁਝ ਇਸ ਤਰ੍ਹਾਂ ਦਾ ਹੈ ਕਿ ਦੇਰ ਬਹੁਤ ਜ਼ਿਆਦਾ ਨਹੀਂ ਹੋ ਸਕਦੀ ਕਹਾਵਤ ਹੈ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਪਰਤਾਏ ਤਾਂ ਭੁੱਲਿਆ ਨਹੀਂ ਕਹਾਉਂਦਾ ਜੇਕਰ ਅੰਤ ਤੱਕ ਵੀ ਉਹਦਾ ਸਮਰਨ ਆ ਗਿਆ ਉਹਦੀ ਯਾਦ ਹੀ ਸਭ ਕੁਝ ਪ੍ਰਾਣਾ ਦਾ ਪ੍ਰਾਨ ਬਣ ਗਈ ਤੋ ਕੋਈ ਫਿਕਰ ਨਾ ਕਰਨਾ ਸੇਖ ਫਰੀਦ ਪੰਥ ਸਮਾਰ ਸਵੇਰਾ ਹੁਣ ਤੂੰ ਡਰਨਾ ਮੰਨਿਆ ਕਿ ਸਵੇਰਾ ਹੋਏ ਬਹੁਤ देर ਹੋ ਗਈ ਧੁੱਪ ਵੀ ਜਾੜਾਈ ਸੂਰਜ ਵੀ ਢਲ ਗਿਆ ਸ਼ਾਮ ਨੇੜੇ ਆ ਗਈ ਪਰਨਾ ਕਬਰਾਈ ਸੇਖ ਫਰੀਦ ਪੰਥ ਸਮਾਰ ਸਵੇਰਾ ਜੇਕਰ ਹੋਣੇ ਵੀ ਤੂੰ ਪੈਰ ਰੱਖ ਦੇਵੇਂ ਆਪਣੀ ਯਾਤਰਾ ਉੱਤੇ ਤਾਂ ਅਜੇ ਵੀ ਸਵੇਰਾ ਹੋ ਸਕਦਾ ਹੈ ਅਜੇ ਵੀ ਵਕਤ ਹੈ ਕਦੇ ਵੀ ਸਮਾਂ ਗਵਾਇਆ ਨਹੀਂ ਹੈ ਬੜੀ ਦੁਬਿਧਾ ਵਾਲੀ ਗੱਲ ਹੈ देर ਵੀ ਬਹੁਤ ਹੋ ਗਈ ਹੈ ਜੇਕਰ ਆਪਣੇ ਵੱਲ ਵੇਖੀਏ ਤਾਂ ਬਹੁਤ देर ਹੋ ਗਈ ਹੈ ਜੇਕਰ ਉਹਦੇ ਵੱਲ ਵੇਖੀਏ ਤਾਂ ਅਜੇ ਵੀ ਸਵੇਰਾ ਹੈ ਜੇਕਰ ਆਪਣੇ ਸਮਰਥ ਸਮਰਥਿਅ ਦੇ ਵੱਲ ਵੇਖੀਏ ਤਾਂ ਸਭ ਕੁਝ ਮੁੱਕ ਗਿਆ ਜਵਾਨੀ ਗਵਾ ਬੈਠੇ ਹੁਣ ਪਛਤਾਵਾ ਹੀ ਪਛਤਾਵਾ ਹੈ ਜੇਕਰ ਉਹਦੀ ਕਰੂਣਾ ਰਹਿਮਤ ਵੱਲ ਵੇਖੀਏ ਹੁਣੇ ਵੀ ਰਾਤ ਹੈ ਆ ਜਾਈਏ ਤਾਂ ਹੁਣੇ ਸਵੇਰੇ ਸਵੇਰਾ ਹੋ ਸਕਦਾ ਹੈ ਆਪਣੇ ਵੱਲ ਵੇਖਣ ਨਾਲ ਅਸੀਂ ਉੱਕ ਗਏ ਹਾਂ ਉਹਦੇ ਵੱਲ ਵੇਖਣ ਨਾਲ ਕੁਝ ਵੀ ਵਿਗੜਿਆ ਨਹੀਂ ਕਿਉਂਕਿ ਸਾਡੇ ਲਈ ਸਮੇਂ ਦੀ ਹੱਦ ਹੈ ਉਹਦੇ ਲਈ ਵਕਤ ਦੀ ਕੋਈ ਹੱਦ ਨਹੀਂ ਸਾਡਾ ਵਕਤ ਤਾਂ ਬੱਜਿਆ ਉਹਦਾ ਵਕਤ ਤਾਂ ਅਣ ਬੱਜਿਆ ਭਗਤ ਦੋਵੇਂ ਪਾਸੇ ਵੇਖਦਾ ਹੈ ਆਪਣੇ ਵੱਲ ਵੇਖਦਾ ਹੈ ਹੈ ਤਾਂ ਤਾਂ ਰੋਂਦਾ ਹੈ ਕਿ ਰੋਂਦ ਤੋਂ ਸਿਵਾਏ ਹੁਣ ਹੋਰ ਕਉ ਯੋ ਪਾ ਨਹੀਂ ਹੈ ਉਸ ਵੱਲ ਵੇਖਦਾ ਹੈ ਤਾਂ ਹੱਸਦਾ ਹੈ ਕਹਿੰਦਾ ਤੇਰੇ ਲਈ ਤਾਂ ਸਾਰੇ ਉਪਾਹਨ ਤੇਰੇ ਹੀ ਦੁਆਰ ਦੁਆਰਾ ਤਾਂ ਹੋਣ ਵਾਲਾ ਹੈ ਸਾਡੇ ਰਾਹੀ ਤਾਂ ਹੋਣਾ ਵੀ ਨਹੀਂ ਸੀ ਜਵਾਨ ਵੀ ਹੁੰਦੇ ਤਾਂ ਵੀ ਸਾਡੇ ਰਾਹੀ ਤਾਂ ਤੂੰ ਮਿਲਣ ਵਾਲਾ ਨਹੀਂ ਸੀ ਮਿਲਣਾ ਤਾਂ ਤੇਰੀ ਕਿਰਪਾ ਨਾਲ ਹੈ ਤੁਨੂੰ